ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਗ੍ਰਾਮ ਸਟੱਡੀ ਵਿਦ ਜੋਬ ਅਲਰਟ 'ਤੇ। ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਅਗਸਤ ਮਹੀਨੇ ਦੇ ਵਿੱਚ ਸਕੂਲਾਂ ਦੇ ਵਿੱਚ ਕਿੰਨੀਆਂ ਛੁੱਟੀਆਂ ਨੇ ਜਿਹੜੀਆਂ ਰਹਿਣ ਵਾਲੀਆਂ ਨੇ, ਸੋ ਕਿੰਨੇ ਦਿਨ ਸਕੂਲ ਆ ਜਿਹੜੇ ਬੰਦ ਰਹਿਣਗੇ, ਕਿਹੜੇ ਕਿਹੜੇ ਦਿਨ ਤਿਉਹਾਰ ਆਉਂਦਾ, ਕਿਹੜੇ ਕਿਹੜੇ ਦਿਨ ਛੁੱਟੀ ਹੋਏਗੀ, ਤਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਵਿਸਤਾਰ ਨਾਲ ਸ਼ੇਅਰ ਕਰਾਂਗੇ। ਤੁਸੀਂ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਤਾਂ ਅਗਸਤ ਮਹੀਨੇ ਵਿੱਚ ਤਿਉਹਾਰਾਂ ਕਾਰਨ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਹੋਣ ਦੇ ਆਸਾਰ ਨੇ। ਸੋ ਅਗਸਤ ਮਹੀਨੇ ਦੇ ਵਿੱਚ 4 ਐਤਵਾਰ, 4, 11, 18, 25 ਅਗਸਤ ਅਤੇ 3 ਤਿਉਹਾਰਾਂ, 15 ਅਗਸਤ ਨੂੰ ਸੁਤੰਤਰਤਾ ਦਿਵਸ, ਪਾਰਸੀ ਨਵਾਂ ਸਾਲ, 19 ਅਗਸਤ ਨੂੰ ਰੱਖੜੀ ਅਤੇ 26 ਅਗਸਤ ਨੂੰ ਜਨਮ ਅਸ਼ਟਮੀ ਨੂੰ ਬੰਦ ਹੈ ਜਿਹੜੇ ਰਹਿਣਗੇ। ਇਸ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਕੁਝ ਥਾਵਾਂ 'ਤੇ ਸਕੂਲ ਆ ਜਿਹੜੇ ਬੰਦ ਰਹਿਣਗੇ। ਵੱਖ ਵੱਖ ਮਹੱਤਵਪੂਰਨ ਦਿਨ ਜਿਵੇਂ ਕਿ 2 ਅਗਸਤ ਨੂੰ ਆਜ਼ਾਦੀ ਘੁਲਾਟੀਏ ਪਿੰਗਲੀ ਵੈਂਕਈਆਂ ਦਾ ਜਨਮ ਦਿਨ ਹੈਗਾ ਅਤੇ 6 ਅਗਸਤ ਨੂੰ ਹੀਰੋ ਸੀਮਾ ਦਿਵਸ, 8 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਨੂੰ ਵੀ ਆ ਜਿਹੜਾ ਕੁਝ ਰਾਜਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੈ ਜਿਹੜਾ ਕੀਤਾ ਜਾ ਸਕਦਾ। ਇਸ ਤੋਂ ਇਲਾਵਾ 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ, 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ, 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਜਿਹੜਾ ਮਨਾਇਆ ਜਾਂਦਾ ਹੈ। ਇਸ ਲਈ ਕਈ ਰਾਜਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਹੈ ਜਿਹੜਾ ਕੀਤਾ ਜਾ ਸਕਦਾ। ਸੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੈ ਜਿਹੜਾ ਹੋ ਜਾਏਗਾ। ਇਹਦੇ ਸੰਬੰਧ ਵਿੱਚ ਜਦੋਂ ਵੀ ਜੋ ਵੀ ਅਪਡੇਟ ਆਊਗੀ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ। ਚੈਨਲ ਨਾਲ ਜੁੜੇ ਰਹੋ, ਸਬਸਕ੍ਰਾਈਬ ਅਤੇ ਨਾਲ ਜੋ ਘੰਟੀ ਆਲ 'ਤੇ ਪ੍ਰੈਸ ਕਰ ਲਿਓ। ਬਾਕੀ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ ਦਾ ਲਿੰਕ ਜਿਹੜਾ ਦਿੱਤਾ ਹੋਇਆ, ਸਾਰੇ ਜਾਣੇ ਜਾ ਕੇ ਜੁਆਇਨ ਕਰ ਸਕਦੇ ਹੋ, ਜਿੱਥੇ ਤੁਹਾਨੂੰ ਆਫੀਸ਼ੀਅਲੀ ਨੋਟੀਫਿਕੇਸ਼ਨ ਜਿਹੜੇ ਮਿਲਦੇ ਰਹਿਣਗੇ। ਧੰਨਵਾਦ ਜੀ।